ਜਿਵੇਂ ਆਪਾਂ ਪਿਆਰ ਨਾਲ ਮੱਥਾ ਟੇਕਨੇ ਆ ਨਾ ਗੁਰੂ ਗ੍ਰੰਥ ਸਾਹਿਬ ਨੂੰ ਇਹਨੇ ਡੰਡੌਤ ਕੀਤੀ ਲੰਮਾ ਪੈ ਕੇ ਡੰਡੌਤ ਕੀਤੀ ਨਮਸਕਾਰ ਕੀਤੀ ਨਾ ਜਦੋਂ ਡੰਡੇ ਵੱਤ ਹੋ ਕੇ ਡੰਡੌਤ ਬੰਧਨ ਅਨਕਵਾਰ ਡੰਡੇ ਦਾ ਮਤਲਬ ਹੀ ਇਹ ਹੁੰਦਾ ਵੀ ਮਾਲਕ ਦੀ ਮਰਜ਼ੀ ਹੈ ਭਾਵੇਂ ਡੰਡੇ ਨੂੰ ਮੋਢੇ ਤੇ ਰੱਖ ਲੈ ਤੇ ਭਾਵੇਂ ਧਰਤੀ ਤੇ ਲਾ ਕੇ ਤੁਰੇ ਹੋ ਤੇ ਅਗਲੇ ਦੀ ਮਾਲਕ ਦੀ ਮਰਜ਼ੀ ਹੈ ਡੰਡਾ ਜਿਹੜਾ ਹੈ ਉਹਨੂੰ ਭਾਵੇਂ ਮੋਢੇ ਤੇ ਰੱਖੇ ਭਾਵੇਂ ਪੈਰਾਂ 'ਚ ਰੱਖੇ ਉਹ ਤੇ ਸੇਵਕ ਹੈ ਇਹਨੇ ਨਮਸਕਾਰ ਕੀਤੀ ਬੜੀ ਸ਼ਰਧਾ ਨਾਲ ਉਹ ਬਾਦਸ਼ਾਹ ਕਹਿੰਦਾ ਵੀ ਮਿਲਦੇ ਤੇ ਮੈਨੂੰ ਬੜੇ ਲੋਕ ਨੇ ਪਰ ਇੰਨੀ ਸ਼ਰਧਾ ਨਾਲ ਕਿਸੇ ਨੇ ਕਦੇ ਨਮਸਕਾਰ ਨਹੀਂ ਕੀਤਾ ਇੰਨੇ ਪਿਆਰ ਨਾਲ ਇਹਨੇ ਉਸੇ ਵੇਲੇ ਆਖਿਆ ਵੀ ਦੱਸ ਕੀ ਚਾਹੀਦਾ ਹੱਥ ਜੋੜ ਕੇ ਕਹਿੰਦਾ ਗਰੀਬ ਨਵਾਜ ਜੰਮਣ ਮਰਨ ਕੱਟ ਦਿਓ ਉਹਨੂੰ ਤੇ ਪਤਾ ਹੀ ਨਹੀਂ ਅਧਿਆਤਮਵਾਦ ਦਾ ਵੀ ਇਹ ਕੀ ਹੁੰਦਾ ਜੰਮਣ ਮਰਨ ਕੀ ਹੈ ਕਹਿੰਦੇ ਜੀ ਮੇਰਾ ਜੰਮਣ ਮਰਨ ਕੱਟ ਦਿਓ ਮੇਰੇ ਤੇ ਬਖਸ਼ਿਸ਼ ਕਰੋ ਬਾਦਸ਼ਾਹ ਜਹਾਂਗੀਰ ਇੱਕਦਮ ਸਮਝ ਗਿਆ ਵੀ ਇਹ ਭੁਲੇਖਾ ਪੈ ਗਿਆ ਜਾਣਾ ਦੂਜੇ ਤੰਬੂ ਚ ਸੀ ਮੇਰੇ ਵਾਲੇ ਚ ਆ ਗਿਆ ਇਹਨੂੰ ਭੁਲੇਖਾ ਪੈ ਗਿਆ ਉਸੇ ਵੇਲੇ ਬਾਦਸ਼ਾਹ ਨੇ ਨਾ ਉੱਪਰੋਂ 2.5 ਲੱਖ ਦਾ ਦੁਸ਼ਾਲਾ ਲਾਇਆ ਮਨ ਵਿੱਚ ਸੋਚਿਆ ਵੀ ਬੰਦਾ ਇੰਨੀ ਸ਼ਰਧਾ ਨਾਲ ਆਇਆ ਹੈ ਇਹਨੂੰ ਮੈਂ ਖੁਸ਼ ਕਰਕੇ ਭੇਜਣਾ ਹੈ ਪਰ ਯਾਦ ਰੱਖੋ ਸਤਿਗੁਰੂ ਦੇ ਪਿਆਰ ਵਾਲੇ ਨੂੰ ਕੋਈ ਨਹੀਂ ਖੁਸ਼ ਕਰ ਸਕਦਾ ਜਿਹਦਾ ਗੁਰੂ ਨਾਲ ਪਿਆਰ ਆ ਉਹ ਗੁਰੂ ਤੋਂ ਹੀ ਖੁਸ਼ ਹੋਏਗਾ ਉਹਨੂੰ ਦੁਨੀਆਂ ਦੇ ਰਾਜੇ ਰਜਾ ਨਹੀਂ ਸਕਦੇ ਉਹ ਭੁੱਖ ਨਹੀਂ ਮਿਟਾ ਸਕਦਾ ਕੋਈ ਪਿਆਰ ਵਾਲਿਆਂ ਦੇ ਤੜਪ ਨੂੰ ਕਿਵੇਂ ਖਤਮ ਕਰ ਦੇਗਾ ਕੋਈ ਰਾਜੇ ਮਹਾਰਾਜੇ ਆਖਣ ਪੈਸੇ ਨਾਲ ਜਾਂ ਅਸੀਂ ਖੁਸ਼ ਕਰ ਲਾਂਗੇ ਨਹੀਂ ਹੋ ਸਕਦਾ ਉਹ ਤੇ ਜਿਹੜੀ ਅੰਦਰ ਤੜਪ ਹੈ ਉਹ ਪੂਰੀ ਨਹੀਂ ਹੋਣੀ ਉਹ 2.5 ਲੱਖ ਦਾ ਦੁਸ਼ਾਲਾ ਉਹਨਾਂ ਵੇਲਿਆਂ ਦਾ 2.5 ਲੱਖ ਅੱਜ ਤੇ 20 ਕਰੋੜ ਅਰਬ ਬਣ ਜਾਏਗਾ ਉਹਨਾਂ 2.5 ਲੱਖ ਦਾ ਉੱਤੋਂ ਦੁਸ਼ਾਲਾ ਲਾ ਕੇ ਦਿੱਤਾ ਕਹਿੰਦੇ ਅੱਲ ਹੈ ਫੜ ਦੁਸ਼ਾਲਾ ਕਹਿੰਦਾ ਜੀ ਮੈਂ ਤੇ ਜੰਮਣ ਮਰਨ ਕੱਟਣ ਦੀਆਂ ਗੱਲਾਂ ਕਰਨਾ ਤੁਸੀਂ ਦੁਸ਼ਾਲਾ ਦੇਈ ਜਾਂਦੇ ਹੋ ਮੈਨੂੰ ਮੈਂ ਤੇ ਇਹ ਆਖਿਆ ਮੇਰਾ ਜੰਮਣ ਮਰਨ ਕੱਟੋ ਮੇਰੇ ਤੇ ਮਿਹਰ ਕਰੋ ਉਹ ਆਖਣ ਲੱਗਾ ਮੈਂ ਤੈਨੂੰ ਸੱਚੀ ਦੱਸਾਂ ਜਾਣਾ ਤੇ ਤੂੰ ਦੂਜੇ ਤੰਬੂ ਚ ਸੀ ਭੁਲੇਖੇ ਨਾਲ ਮੇਰੇ ਵਾਲੇ ਤੰਬੂ ਚ ਆ ਗਿਆ ਹੈ ਬਾਦਸ਼ਾਹ ਮੈਂ ਜਹਾਂਗੀਰ ਹਾਂ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਪਰ ਸੱਚੇ ਪਾਤਸ਼ਾਹ ਤੇ ਨਾਲ ਵਾਲੇ ਤੰਬੂ ਚ ਨੇ ਗੁਰੂ ਹਰਗੋਬਿੰਦ ਸਾਹਿਬ ਤੂੰ ਉੱਧਰ ਜਾਣਾ ਸੀ ਤੂੰ ਇੱਧਰ ਆ ਗਿਆ ਜਦੋਂ ਇਹਨੇ ਸੁਣਿਆ ਕਹਿੰਦਾ ਤੁਸੀਂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਹੀਂ ਹੋ ਕਹਿੰਦਾ ਨਹੀਂ ਇਹਨੇ ਆਪਣਾ ਟਕਾ ਅੱਗੋਂ ਚੁੱਕ ਲਿਆ ਜਿਵੇਂ ਰੱਖਿਆ ਸੀ ਕਿਉਂਕਿ ਟਕਾ ਤੇ ਕਮਾਇਆ ਹੀ ਮਸਾਂ ਹੈ 24 ਘੰਟੇ ਹੋ ਗਏ ਸੀ ਭੁੱਖੇ ਨੂੰ ਅਗਲੇ ਦਿਨ ਪ੍ਰਸ਼ਾਦਾ ਮਿਲਣਾ ਥਾਲੀ ਅੱਗੋਂ ਮੋੜ ਕੇ ਟਕਾ ਵਾਪਸ ਲਿਆ ਸੀ ਟਕਾ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਣਾ ਉਹ ਟਕਾ ਵੀ ਆਪਣਾ ਚੁੱਕ ਲਿਆ ਬਾਦਸ਼ਾਹ ਕਹਿੰਦਾ ਕਮਾਲ ਦੀ ਗੱਲ ਤੇ ਇਹ ਹੈ ਵੀ ਸਿੱਖ ਦੀਆਂ ਨਜ਼ਰਾਂ ਵਿੱਚ ਮੇਰੀ ਕੀਮਤ 1 ਟਕਾ ਵੀ ਨਹੀਂ ਆਖੋ ਸਤਨਾਮ ਇਹ ਸ਼ਰਧਾ ਹੈ ਸੱਚਾਈ ਹੈ ਰਾਜੇ ਮਹਾਰਾਜਿਆਂ ਦੀ ਕੀਮਤ ਸਿੱਖ ਦੀਆਂ ਨਜ਼ਰਾਂ 'ਚ 1 ਟਕਾ ਵੀ ਨਹੀਂ ਹੁੰਦੀ ਪਤਾ ਹੀ ਹੁੰਦਾ ਹੈ ਵੀ ਅੱਜ ਹੈ ਕੱਲ੍ਹ ਨਹੀਂ ਕੱਲ੍ਹ ਕੋਈ ਹੋਰ ਹੋਏਗਾ ਪਰਸੋਂ ਕੋਈ ਹੋਰ ਹੋਏਗਾ ਇਹ ਤੇ ਠਾਠੇ ਪਾਗੇ ਥੋੜੇ ਚਿਰ ਦੇ ਹੀ ਹੁੰਦੇ ਆ ਅਸਲੀ ਰਾਜ ਤੇ ਰੱਬ ਦੇ ਪਿਆਰਿਆਂ ਦਾ ਬੰਦਗੀ ਕਰਨ ਵਾਲਿਆਂ ਦਾ ਭਗਤ ਕਬੀਰ ਸਾਹਿਬ ਨੂੰ ਦੁਨੀਆ ਹੀ ਜਾਣਦੀ ਜੇ ਕੋਈ ਅੱਜ ਪੁੱਛ ਲੈ ਵੀ ਭਗਤ ਕਬੀਰ ਸਾਹਿਬ ਵੇਲੇ ਰਾਜਾ ਕਿਹੜਾ ਹੋਇਆ ਸੀ ਸਾਨੂੰ ਕਿਸੇ ਨੂੰ ਨਹੀਂ ਪਤਾ ਹੋਣਾ ਨਾਮਦੇਵ ਜੀ ਵੇਲੇ ਕਿਹੜਾ ਬਾਦਸ਼ਾਹ ਸੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਪਰ ਕਬੀਰ ਸਾਹਿਬ ਨਾਮਦੇਵ ਭਗਤ ਰਵਿਦਾਸ ਜੀ ਨੂੰ ਦੁਨੀਆ ਹੀ ਜਾਣਦੀ ਹੈ ਕਿੰਨਾ ਸੰਸਾਰ ਪੂਜਦਾ ਹੈ ਇਸ ਕਰਕੇ ਜੁਗੋ ਜੁਗ ਅਟਲ ਹੈ ਰਾਜ ਉਹਨਾਂ ਦਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਬਾਹਰਲੇ ਤਖਤ ਤੇ ਖੋਏ ਜਾ ਸਕਦੇ ਆ ਪਰ ਜਿਹੜਾ ਕਿਸੇ ਦੇ ਦਿਲ ਤੇ ਰਾਜ ਕਰਨ ਵਾਲਾ ਹੈ ਨਾ ਉਹਦਾ ਰਾਜ ਕਦੇ ਖਤਮ ਨਹੀਂ ਹੁੰਦਾ ਹਮੇਸ਼ਾ ਰਹਿੰਦਾ ਹੈ ਉਸ ਵੇਲੇ ਇਹਨੇ ਟਕਾ ਆਪਣਾ ਅੱਗੋਂ ਚੁੱਕ ਲਿਆ ਤੇ ਉਹ ਜਦੋਂ ਵਾਪਸ ਲੱਗਿਆ ਜਾਣ 2.5 ਲੱਖ ਦਾ ਦੁਸ਼ਾਲਾ ਵੀ ਉਹਦਾ ਉੱਥੇ ਹੀ ਰੱਖ ਗਿਆ ਕਹਿੰਦਾ ਮੈਂ ਨਹੀਂ ਲੈਣਾ ਉਹ ਇਹ ਦੁਸ਼ਾਲਾ ਲੈ ਜਾ ਤੈਨੂੰ ਦਿੱਤਾ ਕਹਿੰਦਾ ਨਹੀਂ ਮੈਂ ਨਹੀਂ ਦੁਸ਼ਾਲਾ ਲੈਣਾ ਦੁਸ਼ਾਲਾ ਉੱਥੇ ਹੀ ਧਰ ਗਿਆ ਵਾਪਸ ਬਾਹਰ ਨਿਕਲ ਗਿਆ ਬਾਦਸ਼ਾਹ ਕਹਿੰਦਾ ਵੇਖਾਂ ਤੇ ਸਹੀ ਵੀ ਮਹਾਰਾਜ ਇਹਨੂੰ ਕਿੱਦਾਂ ਮਿਲਣਗੇ
ਮੈਂ ਤੇ ਚਲੋ ਆਇਆ ਮਿਲਿਆ ਮੈਂ ਦਸ਼ਾਲਾ ਦਿੱਤਾ ਹੈ ਵੇਖਾਂ ਛੇਵੇਂ ਪਾਤਸ਼ਾਹ ਨੂੰ ਕਿਵੇਂ ਮਿਲਦੇ ਨੇ ਜਦੋਂ ਇਹ ਨਾਲ ਵਾਲੇ ਤੰਬੂ ਚ ਗਿਆ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਾਦਾਰ ਖਲੋਤੇ ਨੇ ਬਾਹਰ ਸੇਵਾਦਾਰਾਂ ਨੂੰ ਵੇਖ ਕੇ ਮਨ ਖੁਸ਼ ਹੋ ਗਿਆ ਕਹਿੰਦਾ ਜਿਹੜੇ ਆ ਸੇਵਾਦਾਰ ਨੇ ਨਾ ਬਾਦਸ਼ਾਹ ਤੇ ਇਹਨਾਂ ਦੇ ਚਰਨਾਂ ਦੀ ਧੂੜ ਧੂੜ ਵੀ ਨਹੀਂ ਬਣ ਸਕਦਾ ਜੇ ਸਤਿਗੁਰਾਂ ਦੇ ਸਿੱਖ ਇੰਨੇ ਖਿੱਚ ਵਾਲੇ ਨੇ ਗੁਰੂ ਕਿਹੋ ਜਿਹਾ ਹੋਣਾ ਜੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਇੰਨੇ ਪਿਆਰੇ ਆ ਤੇ ਮਹਾਰਾਜ ਕਿਦਾਂ ਦੇ ਹੋਣਗੇ ਬਾਦਸ਼ਾਹ ਨੂੰ ਵੇਖਣ ਨੂੰ ਜੀ ਨਹੀਂ ਸੀ ਕਰਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ ਦੇ ਚਿਹਰਿਆਂ ਤੋਂ ਨਜ਼ਰ ਹਟਾਉਣ ਨੂੰ ਜੀ ਨਹੀਂ ਕਰਦਾ ਇੰਨੇ ਪਿਆਰੇ ਲੱਗਦੇ ਨੇ ਇੰਨੀ ਖਿੱਚ ਵਾਲੇ ਆ ਤੇ ਇਹ ਸਿੱਖਾਂ ਨੂੰ ਵੇਖ ਕੇ ਹੀ ਮਨ ਖੁਸ਼ ਹੋ ਗਿਆ ਬਾਦਸ਼ਾਹ ਮਗਰ ਮਗਰ ਵੇਖਦਾ ਹੈ ਵੇਖਾਂ ਤੇ ਸਹੀ ਮਹਾਰਾਜ ਕਿੱਦਾਂ ਮਿਲਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੇਵਾਦਾਰ ਤਿੰਨ ਵਾਰੀ ਪ੍ਰਸ਼ਾਦਾ ਛਕਾਉਣ ਆਇਆ ਤਿੰਨ ਵਾਰੀ ਸਵੇਰੇ ਹੀ ਪ੍ਰਸ਼ਾਦਾ ਲੈ ਕੇ ਆਇਆ ਮਹਾਰਾਜ ਛਕ ਲਓ ਮਹਾਰਾਜ ਕਹਿੰਦੇ ਨਹੀਂ ਛਕਣਾ ਦੁਪਹਿਰ ਦਾ ਪ੍ਰਸ਼ਾਦਾ ਮਹਾਰਾਜ ਦੁਪਹਿਰ ਹੋ ਗਈ ਸਵੇਰ ਦਾ ਵੀ ਨਹੀਂ ਛਕਿਆ ਕਹਿੰਦੇ ਨਹੀਂ ਛਕਣਾ ਸ਼ਾਮ ਵੇਲੇ ਥਾਲਾ ਲੱਗ ਕੇ ਆਇਆ ਮਹਾਰਾਜ ਹੁਣ ਛਕ ਲਓ ਮਹਾਰਾਜ ਕਹਿੰਦੇ ਨਹੀਂ ਛਕਣਾ ਤਿੰਨ ਵਾਰੀ ਸੇਵਾਦਾਰ ਸਵੇਰ ਦਾ ਮੋੜਿਆ ਪ੍ਰਸ਼ਾਦਾ ਨਹੀਂ ਸੀ ਛਕਿਆ ਜਦੋਂ ਤੀਜੀ ਵਾਰੀ ਫਿਰ ਹੁਣ ਇਹ ਜਦੋਂ ਅਪੜਿਆ ਨਾ ਮਹਾਰਾਜ ਦੇ ਚਰਨਾਂ 'ਚ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਉੱਠ ਕੇ ਖਲੋ ਗਏ ਸੇਵਾਦਾਰ ਕਹਿੰਦੇ ਮਹਾਰਾਜ ਇੱਕ ਗਰੀਬ ਜਿਹਾ ਬੰਦਾ ਹੈ ਮਹਾਰਾਜ ਕਹਿੰਦੇ ਆਉਣ ਦਿਓ ਬਾਦਸ਼ਾਹ ਓਹਲੇ ਹੋ ਕੇ ਵੇਖਦਾ ਸੀ ਵੀ ਮਹਾਰਾਜ ਕਿੱਦਾਂ ਮਿਲਣਗੇ ਜਦੋਂ ਸਤਿਗੁਰਾਂ ਨੂੰ ਉਸ ਕਾਹੀ ਗਰੀਬ ਸਿੱਖ ਨੇ ਜਾ ਕੇ ਮੱਥਾ ਟੇਕਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮੋਢਿਆਂ ਤੋਂ ਫੜ ਕੇ ਘੁੱਟ ਕੇ ਗਲ ਨਾਲ ਲਾ ਲਿਆ ਬਾਦਸ਼ਾਹ ਕਹਿੰਦਾ ਓਏ ਐਵੇਂ ਨਹੀਂ ਦੁਨੀਆਂ ਤਰੀਫਾਂ ਕਰਦੀ ਮੈਂ ਤੇ ਆਖਿਆ ਸੀ ਨੇੜੇ ਨਾ ਲੱਗੇ ਦੂਰ ਹੀ ਖਲੋਵੇ ਪਰੇ ਹੀ ਰਵੇ ਪਰ ਆ ਵੇਖੋ ਉਹ ਗਰੀਬ ਸਿੱਖ ਆਇਆ ਹੈ ਵੇਖਿਆ ਹੀ ਨਹੀਂ ਘੁੱਟ ਕੇ ਛਾਤੀ ਨਾਲ ਲਾ ਲਿਆ ਇੰਨਾ ਪਿਆਰ ਸਾਧ ਸੰਗਤ ਇੰਨਾ ਪਿਆਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ ਉਸੇ ਵੇਲੇ ਬਾਦਸ਼ਾਹ ਵੇਖ ਕੇ ਹੈਰਾਨ ਹੋ ਗਿਆ ਕਹਿੰਦਾ ਇੰਨਾ ਪਿਆਰ ਇੰਨੀ ਨਿਮਰਤਾ ਨਾਲ ਇੱਡਾ ਰੁਤਬਾ ਇੱਡਾ ਘੁੱਟ ਕੇ ਗਲਵੱਕੜੀ ਪਾ ਕੇ ਮਿਲੇ ਜਿਵੇਂ ਬੜਾ ਸਾਥੀ ਹੁੰਦਾ ਹੈ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਘੁੱਟ ਕੇ ਛਾਤੀ ਨਾਲ ਲਾਇਆ ਕੋਲ ਬਹਾ ਲਿਆ ਕਹਿੰਦੇ ਬਹਿ ਇੱਥੇ ਸੇਵਾਦਾਰ ਕਹਿੰਦਾ ਮਹਾਰਾਜ ਪ੍ਰਸ਼ਾਦਾ ਲਿਆਵਾਂ ਕਹਿੰਦੇ ਹੁਣ ਲਿਆ ਪ੍ਰਸ਼ਾਦਾ ਇਹ ਘਾਈ ਪੁੱਛਦਾ ਕਹਿੰਦਾ ਮਹਾਰਾਜ ਸਵੇਰ ਦਾ ਪ੍ਰਸ਼ਾਦਾ ਨਹੀਂ ਛਕਿਆ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੈਨੂੰ ਪੁੱਛਣਾ ਤੂੰ ਦੱਸ ਵੀ ਤੂੰ ਛਕਿਆ ਤੂੰ ਵੀ ਤੇ ਥਾਲੀ ਅੱਗੋਂ ਵਾਪਸ ਮੋੜ ਦਿੱਤੀ ਸੀ ਤੂੰ ਨਹੀਂ ਛਕਿਆ ਜੇ ਮੇਰਾ ਸਿੱਖ ਭੁੱਖਾ ਬੈਠਾ ਹੈ ਤੇ ਮੈਂ ਪ੍ਰਸ਼ਾਦਾ ਕਿੱਥੋਂ ਛਕ ਲੈਂਦਾ ਜੇ ਤੂੰ ਨਹੀਂ ਛਕਿਆ ਤੂੰ ਮੈਨੂੰ ਟਕਾ ਮੱਥਾ ਟੇਕਣ ਵਾਸਤੇ ਭੁੱਖਾ ਰਹਿ ਗਏ ਹੋ ਉਹਦੇ ਤੂੰ ਭੁੱਖਾ ਬੈਠਾ ਹੈ ਮੈਂ ਕਿੱਦਾਂ ਪ੍ਰਸ਼ਾਦਾ ਛਕਦਾ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਇੰਨਾ ਪਿਆਰ ਹੈਰਾਨ ਹੋ ਗਿਆ ਵੇਖ ਕੇ ਬਾਦਸ਼ਾਹ ਜਹਾਂਗੀਰ ਕਹਿੰਦਾ ਹੱਦ ਹੋ ਗਈ ਇੰਨੀ ਨਿਮਰਤਾ ਚਰਨਾਂ ਤੇ ਡਿੱਗ ਪਿਆ ਘਾਹੀ ਸੇ ਗਰੀਬ ਨਵਾਜ ਤੁਸੀਂ ਸਵੇਰ ਦਾ ਛਕਿਆ ਹੀ ਨਹੀਂ ਸੀ ਮਹਾਰਾਜ ਨੇ ਪਹਿਲਾਂ ਫਿਰ ਸ਼ਾਦਾ ਫਿਰ ਮੰਗਾ ਕੇ ਛਕਿਆ ਸੀਤ ਪ੍ਰਸ਼ਾਦ ਆਪਣੇ ਸੇਵਕ ਨੂੰ ਬਖਸ਼ਿਆ ਲੈ ਬਈ ਆ ਪ੍ਰਸ਼ਾਦਾ ਛਕ ਲੈ ਆਪ ਛਕ ਕੇ ਫਿਰ ਉਹਨੂੰ ਛਕਾਇਆ ਕੋਲ ਬਾ ਕੇ ਛਕਾਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮੈਂ ਅਰਜ਼ ਹਮੇਸ਼ਾ ਕਰਨਾ ਅਸੀਂ ਓਨਾ ਪਿਆਰ ਨਹੀਂ ਕਰ ਸਕਦੇ ਜਿੰਨਾ ਸਤਿਗੁਰੂ ਸਾਨੂੰ ਕਰਦੇ ਨੇ ਜਿੰਨੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ ਸਾਧ ਸੰਗਤ ਬਸ ਨਿਮਾਣੇ ਹੋਣ ਦੀ ਨੀਵੇਂ ਹੋਣ ਦੀ ਲੋੜ ਹੈ ਨੀਵੇਂ ਪਾਣ ਮੁਰਾਦਾ ਉੱਚੀਆ ਨਿਮਰਤਾ ਰਵੇ ਨਮਾ ਨੀਵੇਂ ਪਾਣ ਮੁਰਾਦਾ ਉੱਚੀਆ ਆਕੜ ਵਾਲੇ ਟੰਗੇ ਨੀਵੇਂ ਪਾਣ ਮੁਰਾਦਾ ਉੱਚੀਆ ਆਕੜ
ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਕੀ ਇੱਛਾ ਦੱਸ ਧਿਆਨ ਦੇਣਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਛਿਆ ਕੀ ਇੱਛਾ ਹੈ ਕਹਿੰਦਾ ਗਰੀਬ ਨਿਵਾਜ ਫਕੀਰ ਲੋਕ ਆ ਏਦਾਂ ਹੀ ਜ਼ਿੰਦਗੀ ਕੱਢ ਲਾਂਗੇ ਬਸ ਮਹਾਰਾਜ ਕਹਿੰਦੇ ਕੁਝ ਮੰਗ ਤੇ ਸਹੀ ਕਹਿੰਦਾ ਮਹਾਰਾਜ ਦੁਨੀਆ ਦੇ ਪਦਾਰਥ ਤੁਹਾਡੇ ਤੋਂ ਦੂਰ ਨਾ ਕਰ ਦੇਣ ਕਿਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਾਨੂੰ ਤੇਰੀਆਂ ਫਕੀਰੀਆਂ ਕਬੂਲ ਦਾਤਿਆ 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 ਸਾਨੂੰ ਤੇਰੀਆਂ ਜਿਸ ਹਾਲ ਚ ਰੱਖਿਆ ਮੈਂ ਖੁਸ਼ ਹਾਂ ਮਹਾਰਾਜ ਹੁਣ ਤੱਕ ਦੀ ਜਿੰਨੀ ਜ਼ਿੰਦਗੀ ਲੰਘੀ ਹੈ ਮਹਾਰਾਜ ਰਹਿਣ ਨੂੰ ਮਕਾਨ ਨਹੀਂ ਛੱਤ ਨਹੀਂ
ਪਰ ਤੁਹਾਡੀ ਕਿਰਪਾ ਨਾਲ ਮੇਰਾ ਮਨ ਖੁਸ਼ ਹੈ ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਕੋਈ ਇੱਛਾ ਨਹੀਂ ਬਸ ਮਿਹਰ ਕਰੋ ਤੁਹਾਡੀ ਖੁਸ਼ੀ ਚਾਹੀਦੀ ਗਰੀਬ ਨਵਾਜ ਤੁਹਾਡਾ ਸਿਰ ਤੇ ਹੱਥ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੇ ਜਦੋਂ ਸੀਤ ਪ੍ਰਸ਼ਾਦ ਦੀ ਦੇਤਾ ਫਿਰ ਪਿੱਛੇ ਕੀ ਰਹਿ ਜਾਣਾ ਸੀ ਮਹਾਰਾਜ ਕਹਿੰਦੇ ਜਾ ਸਿੱਖਾ ਤੇਰਾ ਲੋਕ ਵੀ ਸਫਲ ਹੋ ਗਿਆ ਤੇਰਾ ਪ੍ਰਲੋਕ ਵੀ ਸਫਲ ਹੋ ਗਿਆ ਇੱਕ ਟਕਾ ਸ਼ਰਧਾ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਣ ਵਾਸਤੇ ਲੈ ਕੇ ਆਇਆ ਸੀ ਮਹਾਰਾਜ ਨੇ ਉਹਦੇ ਖਜ਼ਾਨੇ ਭਰਪੂਰ ਕਰ ਦਿੱਤੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਕੋਈ ਸ਼ਰਧਾ ਨਾਲ ਕੌਡੀ ਵੀ ਅੱਗੇ ਰੱਖੇ ਤਾਂ ਹੈ ਗੁਰ ਸਰਵ ਨਿਧਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਦ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ ਸਤਿਗੁਰ ਦੀ ਮਹਿਮਾ ਅਗਾਧ ਬੋਧ ਹੈ ਸ਼ਰਧਾ ਨਾਲ ਕੋਈ ਕੌਡੀ ਵੀ ਮੱਥਾ ਟੇਕਦਾ ਹੈ ਤੇ ਉਹਦਾ ਵੀ ਪ੍ਰਵਾਨ ਹੁੰਦਾ ਹੈ ਆਪਣੀ ਆਪਣੀ ਭਾਵਨਾ ਹੈ ਕਰੋੜਾਂ ਅਰਬਾਂ ਪਤੀ ਬੰਦਾ ਆਖੇ ਮੈਂ ਇੱਕ ਰੁਪਈਆ ਮੱਥਾ ਟੇਕਣਾ ਉਹ ਸੋਹਣਾ ਨਹੀਂ ਲੱਗਦਾ ਬਣਦਾ ਸਰਦਾ ਜਿਹੜਾ ਇੱਕ ਕੌਡੀ ਵਾਲਾ ਉਹ ਕੌਡੀ ਵੀ ਮੱਥਾ ਟੇਕੇ ਉਹਦੀ ਕੌਡੀ ਵੀ ਪ੍ਰਵਾਨ ਹੁੰਦੀ ਹੈ ਰੁਪਈਏ ਵਾਲਾ ਰੁਪਈਆ ਰੱਖੇ ਪਰ ਜਿਹੜਾ ਰੱਖ ਲੱਖ ਸਕਦਾ ਹੋਵੇ ਉਹ ਵੀ ਆਖੇ ਮੈਂ ਇੱਕ ਰੁਪਈਆ ਮੱਥਾ ਟੇਕਣਾ ਹੈ ਫਿਰ ਮਾੜੀ ਗੱਲ ਹੈ ਜਿਹੋ ਜੀ ਵਿਧ ਹੋਵੇ ਜਿਤਨਾ ਕੁ ਯਤਨ ਹੋ ਸਕਦਾ ਹੈ ਸਤਿਗੁਰੂ ਦੇ ਦਰ ਘਰ ਦੀ ਸੇਵਾ ਕਰਨੀ ਚਾਹੀਦੀ ਤੇ ਸੰਗਤ ਜੀ ਸਤਿਗੁਰ ਦੇ ਦਰ ਘਰ ਦੀ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਹਮੇਸ਼ਾ ਹੀ ਸਤਿਗੁਰੂ ਦੇ ਘਰ ਦੀ ਸੇਵਾ ਸਫਲ ਹੈ ਸਤਿਗੁਰੂ ਦੇ ਘਰ ਪ੍ਰਵਾਨ ਹੈ ਮੇਰੀ ਸਰਬ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੇਖੋ ਸਾਧ ਸੰਗਤ ਜੀ ਇਹ ਮਹਾਨ ਉਪਰਾਲਾ ਜੋ ਕਿ ਤੁਸੀਂ ਵੇਖਿਆ ਹੀ ਹੈ ਭਾਵੇਂ ਕਿਸੇ ਇਸ਼ਤਿਹਾਰ ਤੇ ਕਿਸੇ ਦੀ ਫੋਟੋ ਨਹੀਂ ਲੱਗੀ ਕਿਸੇ ਬੋਰਡ ਤੇ ਕਿਸੇ ਦੀ ਫੋਟੋ ਨਹੀਂ ਲੱਗੀ ਅਖਬਾਰਾਂ ਪੇਪਰਾਂ 'ਚ ਇਸ਼ਤਿਹਾਰ ਆਏ ਨੇ ਉਹਦੇ ਉੱਤੇ ਕਿਸੇ ਬੰਦੇ ਦਾ ਨਾਮ ਨਹੀਂ ਲਿਖਿਆ ਸਿਰਫ ਇੰਨਾ ਹੀ ਹੈ ਨਾ ਵੀ ਪ੍ਰੋਗਰਾਮ ਹੋ ਰਿਹਾ ਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦਾ ਸਭ ਦਾ ਹੀ ਹੈ ਇਹੀ ਲਿਖਿਆ ਗਿਆ ਨਾ ਵੀ ਸਾਰਿਆਂ ਦਾ ਹੀ ਹੈ ਕਿਸੇ ਦਾ ਨਹੀਂ ਇਸ ਕਰਕੇ ਗੁਰਮੁਖਾਂ ਦੀ ਨਿਮਰਤਾ ਹੈ ਸਭ ਕੁਝ ਕਰਕੇ ਵੀ ਨਿਮਾਣੇ ਬਣ ਕੇ ਸਤਿਗੁਰੂ ਦੇ ਦਰ ਘਰ ਦੀ ਸੇਵਾ ਕਰ ਰਹੇ ਆ ਤੇ ਮੇਰੀ ਸਰਬ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜਿੱਥੇ ਆਪ ਆਉਣਾ ਹੈ ਉੱਥੇ ਹੋਰਾਂ ਨੂੰ ਨਾਲ ਲੈ ਕੇ ਆਉਣਾ ਹੁਣ ਵੇਖ ਰਹੇ ਹਾਂ ਲਗਾਤਾਰ ਸੰਗਤਾਂ ਮਰਦ ਦੇ ਚਰਨਾਂ 'ਚ ਆ ਕੇ ਮੱਥਾ ਟੇਕੀ ਜਾਂਦੀਆਂ ਨੇ ਅਜੇ ਵੀ ਲਾਈਨਾਂ ਲੱਗੀਆਂ ਨੇ ਮੱਥਾ ਟੇਕਣ ਵਾਲਿਆਂ ਦੀਆਂ ਪਰ ਅੱਜ ਪਹਿਲਾ ਦਿਨ ਹੈ ਬਹੁਤਿਆਂ ਦੇ ਮਨ ਵਿੱਚ ਇਹ ਵੀ ਹੁੰਦਾ ਹੈ ਵੀ ਪਹਿਲੇ ਦਿਨ ਪਤਾ ਨਹੀਂ ਆਉਣਾ ਹੈ ਜਾਂ ਨਹੀਂ ਆਉਣਾ ਹੈ ਪਰ ਮੈਂ ਇਹ ਵੀ ਅਰਜ਼ ਕਰਾਂ ਵੀ ਜਿੱਥੋਂ ਜਿੱਥੋਂ ਆਪ ਨੇ ਸਾਰਿਆਂ ਨੇ ਆਉਣਾ ਹੈ ਉੱਥੋਂ ਉੱਥੋਂ ਹੋਰਾਂ ਸੰਗਤਾਂ ਨੂੰ ਵੀ ਨਾਲ ਲੈ ਕੇ ਆਉਣਾ ਬਹੁਤ ਚੜ੍ਹਦੀ ਕਲਾ ਨਾਲ ਇਹ ਸਾਰਾ ਪ੍ਰੋਗਰਾਮ ਹੋ ਰਿਹਾ ਚਾਹੀਦਾ ਕਿ ਹੋਰ ਵੀ ਦੋਸਤ ਮਿੱਤਰ ਰਿਸ਼ਤੇਦਾਰ ਇਸ ਸਮਾਗਮ ਨੂੰ ਆ ਕੇ ਵੇਖਣ ਕਿਉਂਕਿ ਅੱਜ ਤੇ ਪਹਿਲਾ ਦਿਨ ਹੈ ਤੇ ਲਾਸਟ ਦੀਵਾਨਾਂ ਵਿੱਚ ਲੱਖਾਂ ਸੰਗਤਾਂ ਨੇ ਮੈਂ ਵੇਖਿਆ ਕਈ ਦੂਰੋਂ ਦੂਰੋਂ ਸ਼ਹਿਰਾਂ ਵਿੱਚ ਜਿਨ੍ਹਾਂ ਦੇ ਫੋਨ ਆਉਂਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਡੇਰਾ ਬਸੀ ਦਾ ਪ੍ਰੋਗਰਾਮ ਵੇਖਣ ਜਾਣਾ ਤੇ 4 ਤੇ 5 ਨੂੰ ਤੇ ਇੱਥੇ ਤਿਲ ਸੁੱਟਣ ਨੂੰ ਥਾਂ ਨਹੀਂ ਮਿਲਣੀ ਇੰਨੀ ਸੰਗਤ ਇਕੱਠੀ ਹੋਣੀ ਹੈ ਸੋ ਇਸ ਕਰਕੇ ਇਹ ਪਹਿਲੇ ਜਿਹੜੇ 2-3 ਦਿਨ ਨੇ ਇਹ ਇਲਾਕਾ ਨਿਵਾਸੀਆਂ ਨੂੰ ਸਭ ਨੂੰ ਭੈਣਾਂ ਨੂੰ ਵੀਰਾਂ ਨੂੰ ਸਭ ਨੂੰ ਬੇਨਤੀ ਹੈ ਵੀ ਜਿੱਥੇ ਆਪ ਆਓ ਉੱਥੇ 2-2, 4-4 ਨੂੰ ਪ੍ਰੇਰ ਕੇ ਜ਼ਰੂਰ ਲੈ ਕੇ ਆਓ ਇੱਕ ਇਹ ਵੀ ਬੇਨਤੀ ਹੈ ਵੀ ਆਉਣਾ ਵੇਲੇ ਨਾਲ ਹੈ ਵੇਲੇ ਨਾਲ ਆਉਣ ਦੀ ਖੇਚਲ ਕਰਨੀ ਹੈ ਲੇਟ ਨਹੀਂ ਕਰਨਾ ਵੇਲੇ ਨਾਲ ਆਉਣਾ ਤਾਂ ਜੋ ਵੇਲੇ ਨਾਲ ਇਕਾਗਰਤਾ ਬਣੇ ਤੇ ਮੈਂ ਵੀ ਵੇਖ ਰਿਹਾ ਵੀ ਬਹੁਤ ਸਾਰੇ ਸਿਰਫ ਰੌਣਕ ਮੇਲਾ ਵੇਖਣ ਵੀ ਕਈ ਆ ਜਾਂਦੇ ਆ ਵੈਸੇ ਸੁਣਨ ਵਾਲੇ ਵੀ ਬੜੇ ਹੁੰਦੇ ਆ ਪਰ ਕਈ ਏਦਾਂ ਵੀ ਚਲੋ ਵੀ ਚੱਲੀਏ ਬੜਾ ਸੋਹਣਾ ਪ੍ਰੋਗਰਾਮ ਹੋ ਰਿਹਾ ਇਹ ਸਭ ਨਹੀਂ ਵੇਖ ਕੇ ਮੁੜਨਾ ਕੁਝ ਲਾਹਾ ਵੀ ਲੈਣਾ ਬਾਕੀ ਜੋ ਇੰਤਜ਼ਾਮ ਕੀਤਾ ਹੈ ਉਹ ਤੁਸੀਂ ਸਾਰੇ ਜਾਣਦੇ ਹੀ ਹੋ ਮੈਨੂੰ ਦੱਸਣ ਕਹਿਣ ਦੀ ਲੋੜ ਨਹੀਂ ਵੀ ਬੜਾ ਸੋਹਣਾ ਹੈ ਤੇ ਆਪੇ ਹੀ ਪਤਾ ਲੱਗਦਾ ਹੈ ਹਰ ਚੀਜ਼ ਤੁਸੀਂ ਵੇਖਦੇ ਹੋ ਗੁਰੂ ਕੇ ਲੰਗਰ 24 ਘੰਟੇ ਇੱਥੇ ਚੱਲਦੇ ਰਹਿਣੇ ਨੇ ਸੰਗਤ ਦੇ ਬਿਸਤਰਿਆਂ ਦਾ ਵੀ ਪੂਰਾ ਇੰਤਜ਼ਾਮ ਇਸ਼ਨਾਨ ਤੱਕ ਦਾ ਇੰਤਜ਼ਾਮ ਵੀ ਜਿਹੜੇ ਇੱਥੇ ਰਹਿਣਾ ਚਾਹੁੰਦੇ ਆ
ਕੋਈ ਦੂਰੋਂ ਜਿੱਥੋਂ ਮਰਜ਼ੀ ਆਵੇ ਉਹਨਾਂ ਦੇ ਰਹਿਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਜਾਏਗਾ ਭਾਵੇਂ ਕੋਈ 5 ਦਿਨ ਇੱਥੇ ਰੁਕਣਾ ਚਾਹੁੰਦਾ ਹੈ ਉਹ ਰੁਕ ਸਕਦਾ ਹੈ ਬਹੁਤ ਬਹੁਤ ਉਦਮ ਪ੍ਰਬੰਧਕਾਂ ਦਾ ਹੈ ਸਾਰਿਆਂ ਗੁਰਮੁਖਾਂ ਦਾ ਤੇ ਸਤਿਗੁਰੂ ਇਹਨਾਂ ਦੀ ਸੇਵਾ ਥਾਏ ਪਾਣ ਮਹਾਰਾਜ ਮੇਰ ਕਰਨ ਤੇ ਮੈਂ ਬੇਨਤੀ ਕੀਤੀ ਹੋਈ ਹੈ ਵੀ ਕੌਡੀ ਰੱਖਣ ਵਾਲੇ ਦਾ ਲੋਕ ਪ੍ਰਲੋਕ ਸਫਲ ਹੁੰਦਾ ਹੈ ਸ਼ਰਧਾ ਭਾਵਨਾ ਨਾਲ ਜਿਹੜਾ ਵੀ ਸੇਵਾ ਕਰਦਾ ਹੈ ਉਹਦੀ ਸੇਵਾ ਸਤਿਗੁਰੂ ਹਮੇਸ਼ਾ ਹੀ ਥਾਏ ਪਾਉਂਦੇ ਆ ਕੱਲ ਪਰਸੋਂ ਇਹ ਜਿਹੜੇ ਜਿਵੇਂ ਜਿਵੇਂ 4 ਦਿਨ ਅਜੇ ਬਾਕੀ ਰਹਿੰਦੇ ਆ ਇਹ ਪ੍ਰੋਗਰਾਮ ਹੋਣਾ ਹੈ ਸਾਰੀ ਸੰਗਤ ਨੂੰ ਭੈਣਾਂ ਨੂੰ ਵੀ ਬੇਨਤੀ ਹੈ ਸਿੰਘਾਂ ਨੂੰ ਵੀ ਬੇਨਤੀ ਹੈ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰ ਕੇ ਨਾਲ ਲੈ ਕੇ ਆਉਣਾ ਹੈ ਟੈਲੀਫੋਨਾਂ ਤੇ ਜਾਂ ਸੁਨੇਹੇ ਭੇਜ ਕੇ ਜਿੱਥੇ ਜਿੱਥੇ ਵੀ ਕੋਈ ਪਿਆਰ ਵਾਲੇ ਨੇ ਉਹਨਾਂ ਨੂੰ ਜ਼ਰੂਰ ਰਿਸ਼ਤੇਦਾਰੀਆਂ 'ਚ ਵੀ ਜਿਹੜੇ ਆ ਸਕਦੇ ਨੇ ਸਭ ਨੂੰ ਕਹੋ ਵੀ ਇੰਨਾ ਵੱਡਾ ਪ੍ਰੋਗਰਾਮ ਗੁਰਮੁਖਾਂ ਨੇ ਉਲੀਕਿਆ ਹੈ ਵੱਧ ਚੜ ਕੇ ਸੰਗਤਾਂ ਇਸ ਸਮਾਗਮ ਵਿੱਚ ਦਰਸ਼ਨ ਦੇਣ ਮੇਰੀ ਬੇਨਤੀ ਹੈ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਹੁਕਮਨਾਮੇ ਨਹੀਂ ਆਪਾਂ ਸੁਣ ਲੈਂਦੇ ਸਤਿਗੁਰੂ ਨਿਜ ਅਸਥਾਨਾਂ ਵੱਲ ਪ੍ਰਸਥਾਨ ਨਹੀਂ ਨਾ ਜਿੰਨਾ ਚਿਰ ਹੁੰਦੇ ਉਹਨਾਂ ਚਿਰ ਉੱਠਣਾ ਨਹੀਂ ਸਾਰਿਆਂ ਨੇ ਪਿਆਰ ਨਾਲ ਇਸੇ ਤਰ੍ਹਾਂ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ ਕੱਲ ਨੂੰ ਵੇਲੇ ਨਾਲ ਆਉਣ ਦੀ ਖੇਚਲ ਕਰਨੀ ਅੱਜ ਅਜੇ 10:15 ਹੋਏ ਆ ਕੱਲ ਥੋੜਾ ਜਿਹਾ ਟਾਈਮ 10:30 ਵਜੇ ਤੱਕ ਫਿਰ 11:45 ਲਾਸਟ ਦੀਵਾਨ ਜਿਹੜੇ ਨੇ ਉਹ ਭਾਵੇਂ 11:30 ਵੀ ਵੱਜ ਜਾਣਗੇ ਕੋਈ ਗੱਲ ਨਹੀਂ ਪਰ ਬਹੁਤਾ ਲੇਟ ਨਹੀਂ ਕਿਉਂਕਿ ਇਲਾਕੇ 'ਚ ਕਈ ਨੌਕਰੀਆਂ ਵਾਲੇ ਆ ਜੌਬਾਂ ਕਰਨ ਵਾਲੇ ਆ ਆਪਣੇ ਆਪਣੇ ਕੰਮਾਂ ਤੇ ਵੀ ਸਭ ਨੇ ਜਾਣਾ ਹੁੰਦਾ ਹੈ ਬਾਕੀ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿੱਥੋਂ ਜਿੱਥੋਂ ਆਏ ਉਹ ਸਭ ਨੂੰ ਲੈ ਕੇ ਆਉਣਾ ਔਰ ਪਿਆਰ ਨਾਲ ਬਹਿ ਕੇ ਸੁਣਨਾ ਹੈ ਵੇਖਣ ਨਾਲੋਂ ਸੁਣਨਾ ਜ਼ਰੂਰੀ ਹੈ ਪਿਆਰ ਨਾਲ ਫਿਰ ਤਾਂ ਹੀ ਇਕਾਗਰਤਾ ਬਣਦੀ ਹੈ ਸਰਵ ਸੰਗਤਾਂ ਦਾ ਸਰਵ ਪ੍ਰਬੰਧਕਾਂ ਦਾ ਧੰਨਵਾਦ ਸਾਰੀ ਸੰਗਤ ਨੇ ਗੱਜ ਕੇ ਹੁਣ ਆਨੰਦ ਸਾਹਿਬ ਵਿੱਚ ਬੋਲਣਾ ਹੈ ਉਸ ਤੋਂ ਬਾਅਦ ਅਰਦਾਸ ਜੁੜਨਾ ਹੈ ਫਿਰ ਆਪਾਂ ਹੁਕਮਨਾਮੇ ਜ਼ਰੂਰ ਸੁਣਨੇ ਨੇ ਉਸ ਤੋਂ ਬਾਅਦ ਫਿਰ ਬਾਕੀ ਦਾ ਜਿਹੜਾ ਸਮਾਪਤੀ ਤੋਂ ਬਾਅਦ ਜਾਣਾ ਹੈ ਮੈਂ ਚਾਹੁੰਦਾ ਆਨੰਦ ਸਾਹਿਬ ਪੜ੍ਹਨ ਤੋਂ ਪਹਿਲਾਂ ਥੋੜ੍ਹਾ ਚਿਰ ਸਿਮਰਨ ਕਰੋ ਸਾਰੀ ਸੰਗਤ ਨੂੰ ਬੇਨਤੀ ਹੈ ਅੱਖਾਂ ਬੰਦ ਕਰਕੇ ਬੈਠੋ ਚੌਂਕੜੇ ਲਾਓ ਅੱਖਾਂ ਬੰਦ ਕਰਕੇ ਵੀਰਾਂ ਨੂੰ ਵੀ ਬੇਨਤੀ ਭੈਣਾਂ ਨੂੰ ਸਾਰੇ ਸਜੋ ਜਰਾ ਵੇਖੋ ਐਡਾ ਵੱਡਾ ਪ੍ਰੋਗਰਾਮ ਇੰਨੀ ਸੰਗਤ ਬੈਠੀ ਹੈ ਇੱਥੇ ਤੇ ਕਈ ਜਪਣ ਵਾਲੇ ਬੈਠੇ ਹੋਣਗੇ ਜਿਨ੍ਹਾਂ ਦੇ ਨਾਲ ਜਪ ਕੇ ਸਾਡੇ ਪਾਪ ਧੁੱਪ ਜਾਣੇ ਆ ਕਈਆਂ ਦੇ ਜਪਣ ਨਾਲ ਹੀ ਸਾਡੀ ਹਾਜ਼ਰੀ ਉਹਨਾਂ ਦੇ ਨਾਲ ਹੀ ਲੱਗ ਜਾਂਦੀ ਹੈ ਆਓ ਸਾਰੀ ਸੰਗਤ ਕੋਈ ਵਾਂਝਾ ਨਾ ਰਵੇ ਸਾਰਿਆਂ ਨੂੰ ਬੇਨਤੀ ਹੈ ਗੱਜ ਕੇ ਸਾਰੀ ਸੰਗਤ ਕਿਰਪਾ ਕਰਕੇ ਬੋਲੋ Yeah.
ਸੰਗਤ ਬੋਲੋ ਇੱਕ ਪਾਸੇ ਜਥਾ ਬੋਲਦਾ ਇੱਕ ਪਾਸੇ ਸਾਰੀ ਸੰਗਤ ਬੋਲੋ ਪਹਿਲਾਂ ਦਾਸ ਜਥਾ ਫਿਰ ਸਾਰੀ ਸੰਗਤ ਇਦਾਂ ਦੇ ਸਮਾਗਮ ਬੜੇ ਹੋਣਗੇ ਸ਼ੁਰੂ ਹੁੰਦੇ ਨੇ ਭੋਗ ਪੈ ਜਾਂਦਾ ਹੈ ਪਰ ਅੰਦਰ ਭੋਗ ਨਹੀਂ ਪੈਣ ਦੇਣਾ ਅੰਦਰ ਹਮੇਸ਼ਾ ਚੱਲਦਾ ਹੀ ਰਹਿਣਾ ਚਾਹੀਦਾ ਹੈ
Pak
राम कली मोहला तीजा आनंद को अंकार सतगुरु प्रसाद आनंद पारी सतगुरु Yes.
ਸਬਜ ਰਾਜ ਕਲਾ ਜਿਸ ਪਰ से नाम हर लगे सह सुख अनंत सुना पागी हो सकल सुहावा जातो जस गावे
जियो पया तो सरणी ज्ञान ध्यान किस कर्म ना जाना सार ना जाना तेरी सब ते वड्डा सतगुरु नानक जिन कल राखी मेरी सतनाम श्री वाहे गुरु साहिब जियो जैत श्री महला चौथा कर पहला चौपदे एक ओंकार सतगुर प्रसाद मेरे ही रे रतन नाम हर बसिया गुर हाथ धरयो मेरे माथा रतन नाम हर बसिया गुर हाथ धरयो मेरे माथा जन्म जन्म के किलबख दुख उतरे गुर नाम दियारन लाथा मेरे मन भज राम नाम सब अर्था गुर पूरे हर नाम दृढ़ाया बिन नावे जीवन बिरथा रहा बिन गुर मूड पए मन मुख ते मोह माया नित फाथा तिन साधु चरण ना सेवे कबहू तिन सब जन्म दास दासन को हर दया तार जगन्नाथ हम अंधले ज्ञानहीन गुर क्यों चले मार्ग पंथा हम अंधले को गुर अंचल दीजे जन नानक चले मिलन था हम अंधले जन नानक चले मिलन था वाहिगुरु जी का खालसा वाहिगुरु जी की